ਹੋਣ ਜਾ ਰਹੀ ਹੈ। ਇੱਕ ਵਾਰ ਤਾੜੀਆਂ ਲਾ ਦਿਓ ਇਸ ਕੁਸ਼ਤੀ ਲਈ। 20 ਮਿੰਟ ਦਾ ਸਮਾਂ This is the traditional style of Indian wrestling which maidan de vich kushti jehdi shuru hoyi hai utthe ilma nambardar ji 100 rupaye de vadde maan samman bhoti karde ne wah bhi wah kehnde kushti naal punjabiyan ishq dada jive makhan makki di roti naal sagda hai panjan daryaman di goch chon khur janmi pota wangu punjabiyan nu palda hai jithe jaavege utthe naal lage kida bhangda shauk kamal da hai ਤਾਈਓ ਵਿੱਚ ਪ੍ਰਦੇਸਾਂ ਵਿਣਗ ਤੱਕ ਲੈ ਕਿ ਟੌਰ ਪੰਜਾਬ ਦਾ ਠਾਠਾ ਪਿਆ ਮਾਰਦਾ ਏ। ਲਓ ਚੱਲਦੀ ਹੋਈ ਕੁਸ਼ਤੀ ਸਤਿਗੁਰੂ ਬਾਬਾ ਰੌਣਕੀ ਰਾਮ ਸੰਤ ਸੰਗਤ ਸੇਵਾ ਦਲ ਜਿਨ੍ਹਾਂ ਦੇ ਵੱਲੋਂ ਅੱਜ ਦੀਆਂ ਜਿਹੜੀਆਂ ਕੁਸ਼ਤੀਆਂ ਕਰਵਾਈਆਂ ਜਾ ਰਹੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪੁੱਜੇ ਹੋਏ ਦਰਸ਼ਕਾਂ ਨੂੰ ਜੇ ਕਿਸੇ ਨੂੰ ਅਲਟੋ ਕਾਰ ਦੀ ਚਾਬੀ ਮਿਲੀ ਹੋਵੇ ਉਹ ਪੁੱਜਦੀ ਕਰ ਦਿਓ ਪਲੀਜ਼। ਪਰ ਮੈਦਾਨ ਦੇ ਵਿੱਚ ਕੁਸ਼ਤੀ ਕਹਿੰਦੇ ਵੱਡੀ ਪਿਆਰੀ ਹੈ। ਇੱਕ ਪਾਸੇ ਸਲਵਿੰਦਰ ਸ਼ਿੰਦੇ ਦਾ ਲਖਤੇ ਜਿਗਰ ਨਾਏ ਜੱਸਾ ਪਹਿਲਵਾਨ ਪੱਟੀ ਵਾਲਾ ਨਗਰ ਕਹਿੰਦੇ ਚੂਸਲੇ ਵੜ ਪੈਂਦਾ ਹੈ ਰਹਿਸ਼ ਤਰਨ ਤਰਨ ਦੇ ਵਿੱਚ ਇਸ ਨੌਜਵਾਨ ਦੀ ਅਖਾੜਾ ਪੱਟੀ ਤੇ ਦੂਜੇ ਪਾਸੇ ਇਹ ਪਹਿਲਵਾਨ ਭੁਪਿੰਦਰ ਪਹਿਲਵਾਨ ਜਿਹਨਾਂ ਵਾਲਾ ਅਖਾੜਾ ਮਾਛੀ ਵਾਲਾ ਉਧਰ ਜਸਵਿੰਦਰ ਚਾਬੀਆਂ ਵਾਲਾ ਪੁੱਜਿਆ ਹੋਇਆ ਹੈ ਚੰਡੀਗੜ੍ਹ ਤੋਂ। ਆਲਟੋ ਗੱਡੀ ਦੀ ਚਾਬੀ ਜਿਹੜੀ ਖੋ ਗਈ ਹੈ ਸੇਵਾ ਇਹਨਾਂ ਤੋਂ ਲੈ ਲੈਣੀ ਅਸੀਂ। ਜਸਵਿੰਦਰ ਮੇਰੇ ਵੀਰ ਚਾਬੀਆਂ ਵਾਲਾ ਪੁੱਜਿਆ ਹੋਇਆ ਹੈ ਪਰ ਨਾਲ ਹੀ ਫਾਈਨਲ ਜਿਹੜੀਆਂ ਕੁਸ਼ਤੀਆਂ ਹੁਣ ਧਿਆਨ ਦਿਓ 65 ਕਿਲੋ ਭਾਰ ਵਰਗ ਦੇ ਵਿੱਚ ਸ਼ੀਸ਼ ਚੰਡੀਗੜ੍ਹ ਪ੍ਰਦੀਪ ਦਿੱਲੀ 75 ਕਿਲੋ ਜਿੱਤੇ ਜਿਰਪਰ ਨਵੀਨ ਪਹਿਲਵਾਨ ਦਿੱਲੀ ਇਹ ਚਾਰੋਂ ਪਹਿਲਵਾਨ ਜਿਹੜੇ ਤਿਆਰ ਬਣਦੇ ਆ ਰਹੇ 65-75 ਫਾਈਨਲ ਮੁਕਾਬਲੇ ਹੋਣੇ ਜਿਹੜੇ ਪਹਿਲਵਾਨ ਤਿਆਰ ਬਣਦੇ ਆ ਰਹਿਣਗੇ ਪਰ ਮੈਦਾਨ ਦੇ ਵਿੱਚ 20 ਮਿੰਟਾਂ ਦਾ ਸਮਾਂ ਕਹਿੰਦੇ ਇਸ ਕੁਸ਼ਤੀ ਦਾ ਤੇ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ। ਕਹਿੰਦੇ ਮੱਝਾਂ ਸਾਲ ਸਾਲ ਚੁੰਗੀਆਂ ਨੇ ਬੋਰੀਆਂ ਮਾਂ ਨੇ ਕੁੱਟ ਕੁੱਟ ਕੇ ਖਵਾਈਆਂ ਮੈਨੂੰ ਚੋਰੀਆਂ ਜਦੋਂ ਲਾਈਦਾ ਗਰਾਊਂਡ ਵਿੱਚ ਗੇੜਾ ਐਵੇਂ ਨੀ ਤਰੀਫਾਂ ਹੁੰਦੀਆਂ ਕਿ ਨਾ ਬੋਲਦਾ ਸਪੀਕਰਾਂ 'ਚ ਮੇਰਾ ਐਵੇਂ ਨੀ ਤਰੀਫਾਂ ਹੁੰਦੀਆਂ। ਤਰੀਖ ਕਹਿੰਦੇ 20 ਹੋਏਗੀ ਸੰਡੋਲੀ ਦੀ ਜਿੱਥੇ ਵੱਡੀ ਚੰਡੀ ਤੇ ਸਾਬਾ ਗੋਹਾਲੀ ਤੇ ਰਕੇਸ਼ ਬਾਰਨ ਖਲੀ ਦੀ ਕੁਸ਼ਤੀ ਬੰਨੀ ਹੋਈ ਹੈ ਪਰ ਨਾਲ ਹੀ ਜਿਹੜੀ 21 ਤਰੀਕ ਹੈ ਬਡਾਲੇ ਪੂਨੇ ਦੇ ਦਿਗਲ ਦੀ ਤਰੀਕ ਹੋਏਗੀ ਜਿੱਥੇ ਖਲੀ ਬਾਰਨ ਵਾਲਾ ਕੋਲੇਗਾ ਅਤੇ ਸ਼ਕਾਲੇ ਦੇ ਨਾਲ ਦਿੱਲੀ ਵਾਲੇ ਦੇ ਨਾਲ ਉਹ ਵੀ ਕਹਿੰਦੇ ਕੁਸ਼ਤੀ ਤੱਕਣ ਵਾਲੀ ਹੋਣੀ ਹੈ ਪਰ 14 ਤਰੀਕ ਜਿੱਥੇ ਡੋਡੂਵਾਲ ਦਾ ਦੰਗਲ ਹੈ ਉਸੇ ਦਿਨ ਮਾਜਰੇ ਦਾ ਦੰਗਲ ਹੋਏਗਾ ਉਸੇ ਦਿਨ ਕੈਂਪ ਵਾਲੇ ਦੇ ਵਿੱਚ ਜਿਹੜੀ ਕੁਸ਼ਤੀ ਹੋਏਗੀ ਜੋਗਿੰਦਰ ਦਿੱਲੀ ਤੇ ਰਕੇਸ਼ ਬਾਰਨ ਦੀ। ਪਰ 20 ਤਰੀਕ ਨੂੰ ਬਾਬਾ ਜੀ ਆਖ ਰਹੇ ਨੇ ਵੀ ਜੱਸਾ ਪੱਟੀ ਵੀ ਪੁੱਜੇਗਾ ਸੰਡੋਲੀ ਦੇ ਵਿੱਚ ਕਮਲਜੀਤ ਡੂਮਛੜੀ ਵੀ ਪੁੱਜੇਗਾ ਗਨੀ ਲੱਲੀਆਂ ਵਾਲਾ ਵੀ ਪੁੱਜੇਗਾ ਪ੍ਰਦੀਪ ਚੀਕਾ ਵੀ ਪੁੱਜੇਗਾ ਹਿੰਦੁਸਤਾਨ ਦੇ ਸਾਰੇ ਨਾਮੀ ਜਿਹੜੇ ਪੁੱਜ ਰਹੇ ਨੇ 20 ਤਰੀਕ ਨੂੰ ਸੰਡੋਲੀ ਦੇ ਵਿੱਚ ਨੋਟ ਕਰਿਓ। ਸੋ ਦਿਸ ਇਜ਼ ਅ ਟ੍ਰੈਡੀਸ਼ਨਲ ਸਟਾਈਲ ਵੀ ਹੈਵ ਜਸਟ ਸੀਨ। ਪਰ 7 ਜਿਹੜੀ ਤਰੀਕ ਹੋਏਗੀ ਨਵੰਬਰ 2015 ਬਾਲ ਕੇਸਰੀ ਦਾ ਖਿਤਾਬ ਹੋਏਗਾ ਮੁੱਲਾ ਬਰਕਰੀ ਬਰਾਸ ਦੇ ਵਿੱਚ ਗੋਲੂ ਪਹਿਲਵਾਨ ਔਰਾ ਆਪਣੇ ਸੁਪੁੱਤਰ ਦੀ ਜਨਮ ਦੀ ਖੁਸ਼ੀ ਦੇ ਵਿੱਚ ਜਿਹੜਾ ਉਹ ਦੰਗਲ ਕਰਵਾਉਣਗੇ ਨੋਟ ਕਰਿਓ। 4 ਅਪ੍ਰੈਲ ਹਨੂੰਮਾਨ ਜਯੰਤੀ ਦੇ ਮੌਕੇ ਤੇ ਵੱਡਾ ਕੁਸ਼ਤੀ ਦੰਗਲ ਜਿਹੜਾ ਮੁੱਲਾ ਬੰਦਾ ਹੁੰਦਾ ਹੈ ਗੋਲੂ ਪਹਿਲਵਾਨ ਔਰਾ ਦਾ ਉਹ ਹੋਏਗਾ ਨੋਟ ਕਰਿਓ। 8 ਤਰੀਕ ਪਤਰੇੜੀਆਂ 9 ਤਰੀਕ ਮਾਰਚ ਮਹੀਨੇ ਦੀ ਜਿਹੜੀ ਹੋਏਗੀ ਉਹ ਭਗਤ ਮਾਜਰੇ ਦੇ ਦੰਗਲ ਦੀ ਹੋਏਗੀ ਵੀ ਨੋਟ ਕਰਿਓ। ਉੱਥੇ ਕਾਲਾ ਮੇਰਾ ਵੀਰ ਮਾਨਕਪੁਰ ਦੇਵੀ ਲਾਲ ਵਾਲਾ ਆਖਦਾ ਵੀ ਜੱਸੇ ਪੱਟੀ ਲਈ 500 ਰੁਪਇਆ ਜਿਹੜਾ ਹੋਏਗਾ ਅਗਰ ਕੁਸ਼ਤੀ ਜਿੱਤੇ ਜੱਸੇ ਪੱਟੀ ਲਈ 500 ਰੁਪਇਆ ਹੋਏਗਾ ਕਾਲਾ ਮਾਨਕਪੁਰ ਦੇਵੀ ਲਾਲ ਤੋਂ ਜਿਹੜਾ ਨੋਟ ਕਰਿਓ। ਪਰ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਇਸ ਵੇਲੇ ਸਮਾਂ ਹੌਲੀ ਹੌਲੀ ਜਿਹੜਾ ਖਿਸਕਦਾ ਹੋਇਆ ਇਹਨਾਂ ਨੌਜਵਾਨਾਂ ਦਾ ਸਮਾਂ ਜਿਹੜਾ ਖਿਸਕਦਾ ਹੋਇਆ ਪਰ 24 ਜਿਹੜੀ ਤਰੀਕ ਹੋਏਗੀ
नोट करो 24 तरीक जारी होगी ओ संडोली दे दंगल दी होगी दो संडोलियां ने पहला दंगल संडोली हरि सिंह दा है दूजा संडोली जेडी बाईपास वाली संडोली है 5 मिनट समाप्त नोट करो 24 तरीक बाईपास वाली संडोली लो 5 मिनट दा समय जेड़ा कुश्ती दा बीत चुके है जैसा पट्टी भुपिंदर अजनाला खड़ा माछी गड़ा सलोन जी घूमते रहो बहुत ही वधिया उपराला बेनती है दर्शकों के सारे वीर जिन्हें भी दर्शक पुजे एक बारी भगत रौनकी राम जी होरां दे नाते ताड़ियां ला दिओ वेखो दो दंगलां दी गल हुंदी है हर साल पर अगली बार 18 तरीक होगी दसंबर महीने की अज वाले दिन होगा दंगल जिहड़ा वड्डा दंगल हुंदा है ਉਹ ਦੰਗਲ ਹੋਏਗਾ 11 ਵਜੇ ਤੋਂ ਸ਼ੁਰੂ ਹੋਏਗਾ ਸਿਰਫ ਸੱਦਾ ਪੱਤਰ ਵਾਲੇ ਪਹਿਲਵਾਨ ਕੋਲ ਲੱਗੇ ਜਿਨ੍ਹਾਂ ਦੀਆਂ ਕੁਸ਼ਤੀਆਂ ਲਿਖੀਆਂ ਜਾਣਗੀਆਂ ਲੈ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਹੈ ਵਾਹ ਵੀ ਕਰ ਕਹਿੰਦਾ ਸੂਰਜ ਵੀ ਅਕਬਰ ਸਾਹਿਬ ਹੈ ਧੁੱਪਾਂ ਜੇੜ ਤੇ ਹਰਦੀਆਂ ਤਪਦੀ ਜਿਵੇਂ ਤੰਦੂਰੀ ਰੋਟੀ ਜਿਵੇਂ ਨੂੰ ਸਾੜਦੀਆਂ ਉਹ ਬਾਗ ਵਿੱਚ ਛੱਡਿਆ ਯਾਰ ਉਹ ਨਿਗਰ ਜਾਈਆਂ ਦਾ ਉਹਦਾ ਮਹੀਨਾ ਜੇ ਚੜਿਆ ਖੰਡ ਦਾ ਕਹਿਰ ਵੇਖ ਲਓ ਕਹਿੰਦਾ ਉਹ ਬਾਗ ਵਿੱਚ ਛੱਡਿਆ ਯਾਰ ਉਹ ਨਿਗਰ ਜਾਈਆਂ ਦਾ ਸੁੱਖੀ ਕਕਰਾਲੇ ਵੇਖ ਲੈ ਬਲ ਮਿਹਨਤਾਂ ਲਾਈਆਂ ਦਾ ਇਹ ਲਾਈਆਂ ਮਿਹਨਤਾਂ ਦਾ ਮੁੱਲ ਅੱਜ ਮੋੜਿਆ ਜਾ ਰਿਹਾ ਮੈਦਾਨ ਦੇ ਵਿੱਚ ਤੇ ਸਾਡੇ ਵਿਚਕਾਰ ਗਰਦੇ ਪਹਿਲਵਾਨ ਬਾਰਨ ਉਚੇਚੇ ਤੌਰ ਤੇ ਪੁੱਜੇ ਹੋਏ ਆ ਪਹਿਲਵਾਨ ਜੀ ਕਹਿੰਦੇ ਗੁਰਦੇਵ ਮਲਕ ਪ੍ਰੀਏ ਦੇ ਨਾਂ ਨਾਲ ਪ੍ਰਸਿੱਧ ਹੋਇਆ ਨੌਜਵਾਨ ਇੱਕ ਵਾਰ ਅਖਾੜੇ ਨੂੰ ਸਲਾਮੀ ਦੇਵੇ ਮਲਕ ਪ੍ਰੀਆ ਗੁਰਦੇਵ ਨਗਰ ਬਾਰਨ ਕਹਿੰਦੇ ਪਟਿਆਲੇ ਦੀ ਕੁੱਖ 'ਚ ਵਸਿਆ ਹੋਇਆ ਨਗਰ ਹੈ ਇੱਕ ਵਾਰ ਤਾੜੀਆਂ ਲਾ ਦਿਓ ਉਸ ਨੌਜਵਾਨ ਲਈ ਇਹ ਹੈ ਬਾਰਨੀਆ ਗੁਰਦੇਵ ਵਾਕੇ ਮਲਕ ਪ੍ਰੀਏ ਗੁਰਦੇਵ ਦੇ ਨਾਂ ਨਾਲ ਪ੍ਰਸਿੱਧ ਹੋਇਆ ਹਿੰਦੁਸਤਾਨ ਦੇ ਵਿੱਚ ਗੱਲ ਹੋਈ ਹੈ ਇਸ ਨੌਜਵਾਨ ਦੀ ਵਾਕੇ ਕਹਿੰਦੇ ਤੂਤੀ ਬੋਲੀ ਹੈ ਇਸ ਗੱਭਰੂ ਦੇ ਨੌਜਵਾਨ ਦੀ ਗੁਰਦੇਵ ਬਾਰਨੀਆ ਜੀ ਨੇ ਅਖਾੜੇ ਨੂੰ ਸਲਾਮੀ ਦਿੱਤੀ ਹੈ ਤਾਕਤ ਵੀ ਹੈ ਫਕਰ ਵੀ ਹੈ ਆਪਣੀ ਮਿਹਨਤ ਪਰ ਮਗਰ ਮੈਦਾਨੀ ਜੰਗ ਮੇ ਕੁਛ ਮੁਕੱਦਰ ਕੀ ਵੀ ਬਾਤ ਹੁੰਦੀ ਹੈ ਅੱਜ ਗੱਲਾਂ ਕਹਿੰਦੇ ਮੁਕੱਦਰਾਂ ਦੀਆਂ ਹੋਣੀਆਂ ਪਰ 65 ਕਿਲੋ ਦਾ ਫਾਈਨਲ ਪਿਆ ਹੈ ਤਾਲ ਕੇ ਸਿਰ ਲਈ 65 ਕਿਲੋ ਦੇ ਲਈ ਇੱਕ ਪਾਸੇ ਦਿੱਲੀ ਦਾ ਨੌਜਵਾਨ ਹੋਏਗਾ ਇੱਕ ਪਾਸੇ ਕਹਿੰਦੇ ਜਿਹੜਾ ਨੌਜਵਾਨ ਹੈ ਉਹ ਹੋਏਗਾ ਚੰਡੀਗੜ੍ਹ ਦਾ ਪਰ ਨਾਲ ਹੀ ਯੁਵਾ ਕੇਸਰੀ ਲਈ ਜੀਤ ਪੱਟੇ ਦਿੱਲੀ ਦਾ ਜਿਹੜਾ ਮੁਕਾਬਲਾ ਹੋਣਾ ਹੈ ਪਰ ਉਸ ਤੋਂ ਬਾਅਦ ਜਿਹੜੀ ਕੁਸ਼ਤੀ ਹੋਣੀ ਹੈ ਰਕੇਸ਼ ਬਾਰਨ ਦੀ ਹੋਣੀ ਹੈ ਉਹਦੇ ਨਾਲ ਜਿਹੜਾ ਪਹਿਲਵਾਨ ਕੋਲੇਗਾ ਕਮਲਜੀਤ ਡੂਮਸ਼ਰੀ ਇਹ ਵੀ ਪਹਿਲਵਾਨ ਜਿਹੜੇ ਤਿਆਰ ਬਤਿਆ ਰਹਿਣਗੇ ਵਾਹ ਵੀ ਵਾਹ ਜੋਰ ਪੂਰਾ ਲੱਗਿਆ ਹੋਇਆ ਜਾਨ ਪੂਰੀ ਲੱਗੀ ਹੋਈ ਹੈ ਸਮਾਂ ਵੀ ਖਿਸਕਦਾ ਜਾ ਰਿਹਾ ਹੈ ਪਰ ਕਹਿੰਦੇ 9 ਮਿੰਟ ਬੀਤੇ ਨੇ ਹਾਲੇ ਕੁਸ਼ਤੀ ਦੇ 65 ਕਿਲੋ ਵਾਲੇ ਪਹਿਲਵਾਨ ਤਿਆਰ ਹੋ ਕੇ ਨੇੜੇ ਆ ਬਈ ਵਾਹ ਵੀ ਵਾਹ ਇਹਨੂੰ ਜੱਸਾ ਆਖਦੇ ਹੈ ਚੂਸਰੇ ਵੜ ਵਾਲਾ ਜੱਸਾ ਕੁਸ਼ਤੀ ਸ਼ੌਕੀਨਾਂ ਦਾ ਕਹਿੰਦੇ ਜੱਸੇ ਦੇ ਨਾਲ ਹੈ ਜੱਸਾ ਆਪਾਂ